ਇਹ ਚੀਜ਼ ਦਾ ਅਹਿਸਾਸ ਨਹੀਂ ਹੋਇਆ ਸੀ ਵੀ ਇਹ ਪੈਸੇ ਕਾਦੇ ਲਈ ਆਏ ਆ ਫਿਰ ਥਾਬੇ ਤੇ ਲੋਕ ਆਉਣ ਲੱਗੇ ਕਿਸੇ ਨੇ 5000 ਦੇ ਤਾਂ ਕਿਸੇ ਨੇ 10 ਦੇਤਾ ਪਹਿਲਾਂ ਅਸੀਂ ਇਦਾਂ ਦੀ ਚੀਜ਼ਾਂ ਜੇ ਕਿਸੇ ਪਾਸੇ ਦੇਖਦੇ ਸੀ ਐ ਲੱਗਦਾ ਸੀ ਵੀ ਇਹ ਲੋਕ ਪੈਸੇ ਇਕੱਠੇ ਕਰ ਰਹੇ ਆ ਜਦੋਂ ਸਾਨੂੰ ਲੋਕ ਪੈਸੇ ਦੇਣ ਲੱਗੇ ਤਾਂ ਮੇਰੇ ਵੀ ਆਪਦੇ ਮਨ 'ਚ ਹੋਣਾ ਵੀ ਸਾਡੇ ਬਾਰੇ ਵੀ ਲੋਕ ਸੋਚਦੇ ਹੋਣੇ ਆ ਤਾਂ ਇਦਾਂ ਹੀ ਕਰਦੇ ਕਰਦੇ ਅਸੀਂ 2017 ਤਿੱਕਰ ਪਹੁੰਚ ਗਏ 2017 ਤਿੱਕਰ ਸਾਡੇ ਕੋਲੇ ਇੰਨੇ ਕਿ ਲੋਕ ਆਉਣ ਲੱਗੇ ਪੈਸੇ ਪਹੁੰਚਾਉਣ ਕੋਈ 10000 ਕੋਈ 20000 ਕੋਈ 50000 ਦਿਨ 'ਚ ਆ ਗਿਆ ਮੈਂ ਅਸੀਂ ਕਿਸੇ ਪੇਸ਼ੈਂਟ ਨੂੰ ਲੈਣ ਗਏ ਆ ਮਗਰੋਂ ਸਾਡੇ ਟੀਮ ਮੈਂਬਰ ਉੱਥੇ ਆ ਕਿਸੇ ਨੇ ਉਹਨੂੰ 10000 ਫੜਾਤਾ ਕਿਸੇ ਨੇ 20 ਫੜਾਤਾ ਅਸੀਂ ਗੱਡੀ ਤੇ ਮਰੀਜ਼ ਲੈਣ ਗਏ ਮੋਗੇ ਵੱਲੋਂ ਕਿਸੇ ਨੇ ਉੱਥੇ ਗਿਆ ਨੂੰ ਸਾਨੂੰ 10000 ਫੜਾਤਾ ਤਾਂ ਮਤਲਬ ਪੈਸੇ ਦੀ ਇੰਨੀ ਜ਼ਿਆਦਾ ਹੋੜ ਲੱਗ ਗਈ ਇੰਨਾ ਪੈਸਾ ਆਉਣ ਲੱਗ ਗਿਆ ਸਾਡੇ ਦਿਮਾਗ 'ਚ ਆਇਆ ਵੀ ਆਪਾਂ ਕਿਤੇ ਦੁਕਾਨਦਾਰੀ ਵੀ ਨਾ ਬਣਾ ਲਈਏ ਇਸ ਚੀਜ਼ ਨੂੰ ਸਾਡੇ ਨਾਲ ਦੇਾਂ ਤੇ ਸ਼ੱਕ ਕਰਿਆ ਨਹੀਂ ਤੈਨੂੰ ਅੱਜ ਕਿੰਨੇ ਦੇ ਗਏ ਤੂੰ ਉਹਨੇ ਪੁੱਛਣਾ ਵੀ ਉਹਨੇ ਮੈਂ ਵਰਤ ਲਿਆ 2000 ਰੁਪਈਆ ਮੈਂ 10000 ਮੈਨੂੰ ਲੋੜ ਸੀ ਆਈ ਜਾਂਦੇ ਸੀ ਕੋਈ ਇਨਕਮ ਮਤਲਬ ਕੋਈ ਕੁਝ ਕਰਤਾ ਰੇ ਨਹੀਂ ਸੀ ਜਿੰਨੀ ਲੋੜ ਸੀ ਉਸ ਤੋਂ ਕਈ ਗੁਣਾ ਵੱਧ ਆ ਰਹੇ ਸੀ ਤਾਂ ਫਿਰ 2017 ਦੇ ਵਿੱਚ ਅਸੀਂ ਸੰਗਤ ਨੂੰ ਬੇਨਤੀ ਕਰੀ ਵੀਡੀਓ ਪਾਉਣੀ ਸ਼ੁਰੂ ਕਰਤੀ ਵੀ ਸਾਨੂੰ ਪੈਸੇ ਨਾ ਦਿਓ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਕੰਮ ਕਰੀਏ ਸੇਵਾ ਕਰੀਏ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਦੁਕਾਨਦਾਰੀ ਨਾ ਬਣਦੇਈਏ ਨੂੰ ਤਾਂ ਸਾਡੀ ਸਪੋਰਟ ਕਰੋ ਸਾਨੂੰ ਸਮਾਨ ਦੇਜੋ ਜਿਹੜੀਆਂ ਚੀਜ਼ਾਂ ਤੁਹਾਡੇ ਘਰ 'ਚ ਲੋੜ ਆ ਉਹੀ ਸਾਡੇ ਘਰ 'ਚ ਲੋੜ ਆ ਰਾਸ਼ਨ ਦੇ ਜੋ ਕੱਪੜੇ ਦੇ ਜੋ ਦਵਾਈਆਂ ਦੇ ਜੋ ਸਾਨੂੰ ਬਿਲਡਿੰਗ ਦਾ ਮਟੀਰੀਅਲ ਚਾਹੀਦਾ ਉਹ ਦੇ ਜੋ ਚੀਜ਼ ਚਾਹੀਦੀ ਸੀ ਫੇਸਬੁਕ ਤੇ ਵਟਸਐਪ ਤੇ ਅੱਜ ਵੀ ਅਸੀਂ ਉਹ ਪੋਸਟਾਂ ਪਾਉਂਦੇ ਰਹਿੰਨੇ ਸਾਡੀਆਂ ਅਕਸਰ ਪੋਸਟਾਂ ਛੋਟੀ ਤੋਂ ਵੱਡੀ ਚੀਜ਼ ਅਸੀਂ ਸੰਗਤ ਨੂੰ ਦੱਸ ਦੇਈਏ ਫਿਰ ਲੋਕਾਂ ਨੇ ਹੌਲੀ-ਹੌਲੀ ਉਹ ਚੀਜ਼ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਅਸੀਂ ਪੈਸੇ ਲੈਣੇ ਬਿਲਕੁਲ ਡਿਨਾਈ ਕਰਦੇ ਵੀ ਅਸੀਂ ਨਹੀਂ ਲੈਣੇ ਪੈਸੇ ਜੇ ਕੋਈ ਆਉਂਦਾ ਤਾਂ ਅਸੀਂ ਉਹਨੂੰ ਦੁਕਾਨ ਤੇ ਭੇਜਣਾ ਹਸਪੀਟਲ ਜਿੱਥੇ ਮਰੀਜ਼ ਦਾਖਲ ਹੋਣਾ ਉੱਥੇ ਭੇਜਣਾ ਵੀ ਤੁਸੀਂ ਉੱਥੇ ਜਮ੍ਹਾਂ ਕਰਾਇਆ ਉਹ ਉੱਥੇ ਜਮ੍ਹਾਂ ਕਰਾ ਦੇਣੇ ਲੋਕਾਂ ਨੇ ਪੈਸੇ ਫਿਰ ਪੈਸੇ ਬਿਨਾਂ ਵੀ ਆਪਾਂ ਕਹੀਏ ਗਤੀ ਨਹੀਂ ਹੈਗੀ ਵੀ ਆਪਾਂ ਕਹੀਏ ਪੈਸੇ ਤੋਂ ਬਿਨਾਂ ਅਸੀਂ ਬਿਲਕੁਲ ਹੀ ਸਾਰ ਲਾਂਗੇ ਫਿਰ ਅਸੀਂ ਮੈਂਬਰ ਬਣਾਉਣ ਨੂੰ ਇੱਕ ਬੰਦਾ ਬਠਿੰਡੇ ਤੋਂ ਆਇਆ 2000 ਰੁਪਏ ਦੇ ਗਿਆ ਉਹ ਕਹਿੰਦਾ ਯਾਰ ਮੈਂ ਦੁਬਾਰਾ ਫੇਰ ਆਵਾਂਗਾ ਮੇਰਾ ਯਾਰ ਜਰਾ ਤੇਲ ਲੱਗ ਗਿਆਣਾ ਫਿਰ ਅਸੀਂ ਉਹਨੂੰ ਕਿਹਾ ਵੀ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਦੇ ਦਿਓ ਪੈਨ ਕਾਰਡ ਦੇ ਦਿਓ ਅਸੀਂ ਤੁਹਾਨੂੰ ਸੇਵਾ ਦਾ ਰਜਿਸਟਰਡ ਕਰ ਲੈਂਦੇ ਆ ਫਿਰ ਤੁਸੀਂ ਉਹਦੇ ਅਕਾਊਂਟ ਚ ਪੈਸੇ ਪਾ ਸਕਦੇ ਹੋ ਅਸੀਂ ਕਾਊਂਟ ਨੰਬਰ ਦੇਣਾ ਨੁਕਤਰੀ ਸੇਵਾ ਦਾ ਖਾਤਾ ਖਲਾ ਲਿਆ ਫਿਰ ਅਸੀਂ ਫਿਰ ਮਤਲਬ ਅਸੀਂ ਅੱਜ ਤੱਕ ਕਦੇ ਵੀ ਸੋਸ਼ਲ ਮੀਡੀਆ ਤੇ ਆਪਣਾ ਕਾਊਂਟ ਨੰਬਰ ਨਹੀਂ ਸ਼ੇਅਰ ਕੀਤਾ ਕਦੇ ਵੀ ਪਬਲਿਕਲੀ ਨਾ ਕਦੇ ਗੂਗਲ ਪੇ ਜਾਂ ਕੁਛ ਹੋਰ ਸੰਗਤ ਨੂੰ ਬੇਨਤੀ ਕਰੀਦੀ ਆ ਵੀ ਜੇ ਤੁਸੀਂ ਮਦਦ ਕਰਨੀ ਹੈ ਪਹਿਲਾਂ ਤਾਂ ਖੁਦ ਆ ਕੇ ਕਰਕੇ ਜਾਓ ਅਨਦਾਨਾਂ ਦੇ ਜਿਹੜਾ ਉਹਨੇ ਤਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਅੱਜ ਕੱਲ ਬੇਵਰੋਸਗੀ ਪਾਤੀ ਆ ਕਿਉਂਕਿ ਅਨਦਾਨ ਅਸੀਂ ਕਹਿੰਦੇ ਆ ਵੀ ਕਿਸੇ ਨੂੰ ਪਤਾ ਨਾ ਲੱਗੇ ਠੀਕ ਹੈ ਗੱਲ ਨਹੀਂ ਪਤਾ ਲੱਗਣੀ ਚਾਹੀਦੀ ਪਰ ਇਹ ਵੀ ਨਹੀਂ ਹੈਗਾ ਵੀ ਆਪਾਂ ਕਿਸੇ ਤੀਸਰੇ ਬੰਦੇ ਨੂੰ ਫੜਾ ਲਈਏ ਵੀ ਤੂੰ ਕਰਦੋ ਆਪ ਆਪਣੇ ਹੱਥੀਂ ਦਾਨ ਕੋਈ ਚੀਜ਼ ਲੈ ਕੇ ਹੁਣ ਸਾਡੇ ਕੋਲੇ ਰਾਸ਼ਨ ਇੰਨਾ ਹੁੰਦਾ ਸੀ ਕਰੀਬ 2.5 300 ਮੈਂਬਰ ਨੂੰ ਰਾਸ਼ਨ ਹਰ ਮਹੀਨੇ ਦਿੰਨੇ ਆ ਸਾਡੇ ਕੋਲੇ ਲੀੜਾ ਕੱਪੜਾ ਬਿਸਤਰਾ ਇੰਨਾ ਆ ਜਾਂਦਾ ਅਸੀਂ ਅੱਗੇ ਵੰਡਦੇ ਆ ਸਾਡੇ ਕੋਲੇ ਦਵਾਈਆਂ ਦੀ ਲਿਸਟਾਂ ਪਾਉਨੇ ਆ ਅਸੀਂ ਹਰ ਮਹੀਨੇ ਕੈਂਪ ਲਾਉਨੇ ਆ ਕਰੀਬ 6000 ਮੈਂਬਰ ਹਰ ਮਹੀਨੇ ਸਾਡੇ ਕੋਲੇ ਸਾਈਕੀਆਟ੍ਰਿਕ ਮੈਂਟਲੀ ਅਫਸੈਟ ਜਿਹੜੇ ਮਰੀਜ਼ ਆ ਉਹਨਾਂ ਨੂੰ ਦਵਾਈਆਂ ਦਵਾਉਨੇ ਆ ਚੰਗੇ ਲੁਧਿਆਣੇ ਦੇ ਡਾਕਟਰ ਆਉਂਦੇ ਨੇ ਚੈੱਕਅਪ ਕਰਕੇ ਦਵਾਈਆਂ ਲਿਖਦੇ ਨੇ ਸੰਗਤ ਨੂੰ ਅਸੀਂ ਲਿਸਟਾਂ ਸ਼ੇਅਰ ਕਰ ਦੇ ਦਿਆਂ ਲੋਕ ਸਾਨੂੰ ਦਵਾਈਆਂ ਲੈ ਕੇ ਦੇ ਜਾਂਦੇ ਨੇ ਜਾਂ ਜਿਹੜੇ ਸਾਡੇ ਮੈਂਬਰ ਨੇ ਉਹ ਦਵਾਈਆਂ ਲੈ ਕੇ ਨੇ ਦਵਾਈਆਂ ਕਿੱਥੋਂ ਆਉਂਦੀਆਂ ਨੇ ਉਹ 11-12 ਲੱਖ ਰੁਪਏ ਦੀਆਂ ਦਵਾਈਆਂ ਅਸੀਂ ਸਿੱਧੀਆਂ ਇੰਡਸਟਰੀ ਤੋਂ ਲੈਨੇ ਆ ਹੁਣ ਹਰ 15 ਦਿਨ ਬਾਅਦ 11-12 ਲੱਖ ਰੁਪਏ ਦੀਆਂ ਇੰਡਸਟਰੀ ਨੂੰ ਪੈਸੇ ਕਿਵੇਂ ਜਾਂਦੇ ਉਹ ਅਕਾਊਂਟ ਰਾਹੀਂ ਬਾਈ ਚੈੱਕ ਤੁਸੀਂ ਅਕਾਊਂਟ 'ਚੋਂ ਦਾ ਪੈਸੇ ਲੈ ਨਹੀਂ ਰਹੇ ਨਹੀਂ ਨਹੀਂ ਅਸੀਂ ਲੈ ਰਹੇ ਆ ਅਕਾਊਂਟ 'ਚੋਂ ਪੈਸੇ ਅਸੀਂ ਅਕਾਊਂਟ ਤੇ ਲੋਕਾਂ ਨੂੰ ਪਬਲਿਕੇਟ ਨਹੀਂ ਕੀਤਾ ਹੋਇਆ। ਅਸੀਂ ਕਰੀਬ 5000 ਮੈਂਬਰ ਆ ਇਹਦੇ ਵਿੱਚ ਰਜਿਸਟਰਡ ਜਿਹੜੇ ਹਰ ਮਹੀਨੇ ਕੰਟ੍ਰਿਬਿਊਟ ਕਰਦੇ ਨੇ ਸਾਡੇ ਨਾਲ। ਅਸੀਂ ਇਹ ਨਹੀਂ ਕਰਿਆ ਵੀ ਲੋਕ ਬੇਥਾ ਪੈਸਾ ਪਾਈ ਜਾਣ ਸਾਨੂੰ। ਜਦੋਂ ਆਪਾਂ ਕਾਊਂਟ ਨੰਬਰ ਇੱਕ ਵਾਰੀ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਤਾ। ਉਹ ਬੰਦਾ ਸਾਲ ਬਾਅਦ ਵੀ ਦੇਖਦਾ ਖਬਰ ਉਹਦੇ ਮਨ ਚ ਆ ਜਾਵੇ ਕੋਈ ਵੀਡੀਓ ਦੇਖ ਕੇ ਭਾਵਨਾ ਉਹ ਹੋਰ ਚ 50000 ਪਾ ਦੇ ਲੱਖ ਪਾ ਦੇ। ਕਈ ਬੰਦੇ ਮਰੀਜ਼ਾਂ ਦੇ ਅਕਾਊਂਟ ਨੰਬਰ ਪਾ ਦਿੰਦੇ ਆ। ਮਰੀਜ਼ ਦੇ ਰਿਸ਼ਤੇਦਾਰ ਦੇ ਪਾ ਦਿੰਦੇ ਆ। ਮਰੀਜ਼ ਨੂੰ ਠੀਕ ਹੋਏ ਨੂੰ ਵੀ 3 ਸਾਲ ਹੋਏ ਹੁੰਦੇ ਉਹਦੇ ਘਰੇ ਅੱਜ ਵੀ ਮਤਲਬ ਇਸ ਤਰ੍ਹਾਂ ਦੀ ਭਾਵਨਾਵਾਂ ਦੇ ਨਾਲ ਖੇਡ ਕੇ ਅਕਾਊਂਟ ਦੇ ਕੇ ਪੈਸੇ ਉਹ ਅਸੀਂ ਉਸ ਚੀਜ਼ ਦੇ ਖਿਲਾਫ ਰਹੇ ਹਾਂ ਅੱਜ ਵੀ ਖਿਲਾਫ ਆ ਫਿਰ ਦੂਸਰੀ ਗੱਲ ਇਹ ਆ ਵੀ ਜਿਹੜੀਆਂ ਜ਼ਰੂਰਤਾਂ ਅੱਜ ਸਾਡੇ ਕੋਲ 700 ਮੈਂਬਰਾਂ ਦਾ ਪਰਿਵਾਰ ਆ ਤੁਹਾਡੇ ਘਰ ਤੇ 7 ਮੈਂਬਰ ਆ ਬਸ ਉਹ 100 ਗੁਣਾ ਜ਼ਰੂਰਤ ਵੱਧ ਗਈ ਸਾਡੀ ਜ਼ਰੂਰਤ ਸਾਡੇ ਕੋਲ ਜਿੰਨੇ ਪੇਸ਼ੈਂਟ ਆਉਂਦੇ ਨੇ ਜਿਆਦਾ ਕ੍ਰਿਟੀਕਲ ਆਉਂਦੇ ਨੇ ਜਿਹੜੇ ਬਹੁਤ ਫਿਜ਼ੀਕਲ ਡੈਮੇਜ ਹੋਏ ਹੋਏ ਨੇ ਮੈਂਟਲੀ ਡੈਮੇਜ ਹੋਏ ਹੋਏ ਨੇ ਉਹਨਾਂ ਦੇ ਉਹਨਾਂ ਦੇ ਇਲਾਜ ਹੋਣੇ ਆ ਅਸੀਂ ਹਸਪੀਟਲਾਂ ਚ ਲੈ ਕੇ ਜਾਂਦੇ ਆ ਸਭ ਤੋਂ ਵੱਡਾ ਖਰਚਾ ਸਾਡਾ ਹਸਪੀਟਲ ਆਂਦਾ ਸੀਗਾ ਉੱਥੇ ਜਿੱਥੇ ਹਸਪੀਟਲ ਚ ਮਰੀਜ਼ ਦਾਖਲ ਹੈ ਉੱਥੇ ਭੇਜ ਦੇਣਾ ਵੀ ਤੁਸੀਂ ਉੱਥੇ 10000 ਰੁਪਏ ਜਮ੍ਹਾਂ ਕਰਾ ਦਿਓ 20 ਕਰਾ ਦਿਓ ਉੱਥੇ ਪੈਸੇ ਜਮ੍ਹਾਂ ਹੋਣ ਲੱਗ ਗਏ ਅੱਜ ਸਾਨੂੰ 2017 ਤੋਂ ਲੈ ਕੇ ਅੱਜ 2024 ਤੱਕ ਇੱਕ ਵੀ ਮੈਂਬਰ ਤੋਂ ਕਿਸੇ ਤੋਂ ਅਸੀਂ ਨਹੀਂ ਬੰਦਾ ਕਮੈਂਟਾਂ ਚ ਲਿਖ ਦਿੰਦਾ ਮੈਂ ਦੇਖ ਕੇ ਗਿਆ ਯਾਰ ਮੈਂ ਭੇਜਿਆ ਤੁਹਾਨੂੰ ਬਿਨਾ ਆਈਡੀ ਪ੍ਰੂਫ ਤੋਂ ਜਿਹੜਾ ਬੰਦਾ ਸਾਨੂੰ ਆਈਡੀ ਦਿੰਦਾ ਉਹਨੂੰ ਅਸੀਂ ਰਜਿਸਟਰਡ ਕਰਦੇ ਆਂ ਫਿਰ ਉਹਨੂੰ ਅਸੀਂ ਕਾਊਂਟ ਨੰਬਰ ਸ਼ੇਅਰ ਕਰਦੇ ਆਂ ਤੇ ਜਿਹੜੇ ਸੇਵਾਦਾਰ ਹੈਗੇ ਨੇ ਕੋਈ ਵੀ ਬਣ ਸਕਦਾ ਹੈ ਸੇਵਾਦਾਰ ਕੋਈ ਵੀ ਤੁਸੀਂ 5000 ਹੈਗੇ ਇਹਦੀ ਵੀ ਕੋਈ ਲਿਮਟ ਨਹੀਂ ਕਰੋ 10 ਵੀ ਹੋ ਸਕਦੇ 20 25000 ਸੇ ਵੱਧ ਰਸੂਈ ਕੋਈ ਵੀ ਹੋ ਸਕਦਾ ਇੱਕ ਸੇਵਾ ਦਾ ਹਰ ਮਹੀਨੇ ਕਿੰਨੇ ਪੈਸੇ ਦਿੰਦਾ ਕੋਈ ਲਿਮਟ ਨਹੀਂ ਕੋਈ ਲਿਮਟ ਚਾਹੇ 500 ਦੇ ਵਿੱਚ ਚਾਹੇ 100 ਦੇ ਵਿੱਚ ਜਾਂ 5 ਲੱਖ ਚਾਹੇ ਉਹ ਸਾਲ ਚੱਕ ਬਰੀ ਦੇ ਦੇ ਵਿੱਚ ਆਇਓ ਮਹੀਨੇ ਚ 10 ਬਰੀ ਦੇ ਦੇਵੇ ਉਹਦੀ ਸ਼ਮਤਾ ਅਸੀਂ ਕਿਤੇ ਤੇ ਐ ਨਹੀਂ ਵੀ ਕੋਈ ਮੈਂਬਰਸ਼ਿਪ ਰੱਖੀ ਆ ਜੇ ਸੋਨਾ ਕਾ ਲ ਅਕਾਊਂਟ ਹੈਗਾ ਉਹ ਡਾਇਰੈਕਟਲੀ ਉਹਦੇ ਵਿੱਚ ਪਾਉਂਦੇ ਰਹਿੰਦੇ ਨੇ ਪਾ ਸਕਦੇ ਨੇ ਜਦੋਂ ਮਰਦੀ ਉਹਦੇ ਨਾਲ ਸਾਡੇ ਹੁਣ ਖਰਚੇ ਚੱਲਦੇ ਆ ਜੀ ਹਸਪੀਟਲ ਚ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਅ ਸਾਡੇ 95 96 ਬੰਦੇ ਪੋਜ਼ਿਟਿਵ ਆ ਗਏ ਖੁਦ ਮੈਂ ਵੀ ਕੋਵਿਡ ਦੇ ਵਿੱਚ ਪੋਜ਼ਿਟਿਵ ਰਿਆਂ ਨੌ ਬੰਦਿਆਂ ਦੀ ਸਾਡੀ ਉਸ ਟਾਈਮ ਡੈਥ ਹੋ ਗਈ ਸੀ ਕੋਵਿਡ ਦੇ ਵਿੱਚ ਸਾਨੂੰ ਬੈੱਡ ਵੀ ਨਹੀਂ ਸੀ ਮਿਲਦਾ ਫਿਰ ਅਸੀਂ ਇੱਕ ਵਾਰਡ ਅੰਦਰ ਛੋਟੀ ਜੀ ਤਿਆਰ ਕਰ ਲਈ ਫਿਰ ਉੱਥੇ ਅਸੀਂ ਇੱਕ ਛੋਟਾ ਡਾਕਟਰ ਰੱਖ ਲਿਆ ਫਿਰ ਨਰਸਿੰਗ ਸਟਾਫ ਹੁਣ ਸਾਡੇ ਕੋਲੇ ਇੱਕ ਐਮ ਡੀ ਡਾਕਟਰ ਆ ਜੀ ਐਮ ਡੀ ਮੈਡੀਸਨ ਡਾਕਟਰ ਆ ਇੱਕ ਸਾਈਕੀਆਟ੍ਰਿਕ ਡਾਕਟਰ ਆ ਤੇ ਨਾਲ ਨਰਸਿੰਗ ਸਟਾਫ ਆ ਅਸੀਂ ਅੰਦਰ ਇੱਕ ਛੋਟਾ ਜਿਹਾ ਹਸਪੀਟਲ ਸਟੈਬਲਿਸ਼ ਕਰ ਲਿਆ 8 ਬੈੱਡ ਦਾ ਅਸੀਂ ਆਈ ਸੀ ਯੂ ਬਣਾ ਲਿਆ ਤੇ 25 26 ਬੈੱਡ ਦਾ ਸਾਡਾ ਹਸਪੀਟਲ ਹੈਗਾ ਜੀ ਤੇ ਹੁਣ ਉੱਥੇ ਹੀ ਅਸੀਂ ਉਹਨੂੰ ਜਿਹੜੇ ਸਾਡੇ ਕੋਲੇ ਵਿਨੇਸ਼ ਦਾ ਇੱਕ ਦੂਜਾ ਸਵਾਲ ਵੀ ਸੀਗਾ ਕਿ ਲੀਗਲ ਪੰਗੇ ਬਹੁਤ ਹੁੰਦੇ ਹੋਣੇ ਆ ਮੈਂ ਇਹਦੇ ਵਿੱਚ ਐਡ ਕਰ ਦਵਾਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਹੁੰਦਾ ਕਿ ਤੁਸੀਂ ਅੰਦਰ ਵੜ ਗਏ ਤੁਹਾਡੇ ਉੱਪਰ ਇਲਜ਼ਾਮ ਲੱਗਦੇ ਆ ਕਿ ਤੁਸੀਂ ਕੈਮਰਾ ਲੈ ਕੇ ਅੰਦਰ ਵੜ ਜਨੋ ਕਿਸੇ ਦੇ ਘਰ ਇੱਕ ਮੁੰਲਾ ਦਾ ਪਿੱਛੇ ਇਹ ਵੀਡੀਓ ਸਾਲ 1.5 ਸਾਲ ਪਹਿਲਾਂ ਆਈ ਸੀ ਬਹੁਤ ਬਵਾਲ ਹੋਇਆ ਪਰਿਵਾਰ ਦੇ ਨਾਲ ਉਹ ਠੀਕ ਹੈ ਇਹ ਇਲੀਗਲ ਪੰਗਾ ਵੀ ਹੁੰਦਾ ਹੋਣਾ ਇਸ ਦੇ ਵਿੱਚ ਕਿ ਤੁਸੀਂ ਕਿਸੇ ਦੇ ਘਰ ਅੰਦਰ ਚਲੇ ਗਏ ਉੱਥੇ ਜਾ ਕੇ ਤੁਸੀਂ ਕੋਈ ਗੱਲ ਕਰ ਰਹੇ ਹੋ ਠੀਕ ਹੈ ਉਹਨਾਂ ਦੇ ਪਰ ਐਕਚੁਅਲੀ ਬੇਟੇ ਬੀਜੀ ਹੁੰਦੇ ਤਾਂ ਬਹੁਤ ਏਦਾਂ ਦੇ ਹੈਗੇ ਪਰ ਸਾਡੇ ਨਾਲ ਹਿੱਤੇ ਕਰ ਕੋਈ ਇਸ ਤਰ੍ਹਾਂ ਦੀ ਸਮੱਸਿਆ ਵੱਡੀ ਨਹੀਂ ਆਈ ਹਾਂ ਮੂਰੇ ਉੱਥੇ ਆਰਗੂਮੈਂਟ ਹੁੰਦੇ ਲੋਕਾਂ ਨਾਲ ਜੇ ਜਸਟੀਫਿਕੇਸ਼ਨ ਦਿੰਦੇ ਆ ਲੋਕ ਅਸੀਂ ਉਹਨਾਂ ਦੀ ਸੁਣਦੇ ਆ ਬੰਦੇ ਦੇ ਹਲਾ ਅਸੀਂ ਕੇਸ ਹੀ ਉਹ ਲੈ ਕੇ ਆਉਂਦੇ ਆ ਜਾਂ ਕਿ ਜਿਹੜਾ ਸਾਨੂੰ ਲੱਗਦਾ ਵਾਕਈ ਹੁਣ ਜਿਵੇਂ ਇੱਕ ਦੋ ਭਰਾ ਸੀਗੇ ਉਹਨਾਂ ਚਿੱਟਾ ਪਿੰਡ ਦੇ ਉਹਨੇ ਕੋਠੀ ਦਾ ਸਾਰਾ ਕੁਝ ਲਾ ਕੇ ਵੇਚਦਾ ਸੀ ਦਰਵਾਜੇ ਬਾਰੀਆਂ ਲਾ ਲਾ ਕੇ ਵੇਚਦੇ ਮਾਂ ਵੀ ਉਹਨਾਂ ਦੀ ਚਿੱਟਾ ਲਾਉਂਦੇ ਤਿੰਨੇ ਹੀ ਮਾਂ ਪਰ ਚਿੱਟਾ ਲਾਉਂਦੇ ਸੀ ਉਹਨਾਂ ਦੇ ਘਰੇ ਅਸੀਂ ਜਿੰਦਾ ਵੱਡ ਕੇ ਬੜੇ ਸੀ ਪਿੰਡ ਦੀ ਪੰਚਾਇਤ ਆਈ ਸਾਡੇ ਕੋਲੇ ਉਹਦੀ ਮਾਸੀ ਹੋਰ ਰਿਸ਼ਤੇਦਾਰ ਆਏ ਉਹ ਕਹਿੰਦੇ ਵੀ ਸਾਡੀ ਜਿਹੜੀ ਕੁੜੀ ਆ ਬੱਚਿਆਂ ਦੀ ਮਾਂ ਵਾ ਵੀ ਉਹ ਅੰਦਰ ਮਰੀ ਪਈ ਆ ਸਾਨੂੰ ਲੱਗਦਾ ਵੀ ਉਹਦੀ ਬੁਰੀ ਹਾਲਤ ਸੀ ਅਸੀਂ 10 ਦਿਨ ਪਹਿਲਾਂ ਦੇਖੀ ਸੀ ਵੀ ਉਹਨੂੰ ਫੜ ਕੇ ਲੈ ਕੇ ਗਏ ਬੈਂਕ 'ਚ ਉਹਦੇ ਸਾਈਨ ਕਰਾ ਕੇ ਪੈਸੇ ਕਢਾ ਕੇ ਲੈ ਗਏ ਮੁੰਡੇ ਵੀ ਮੁੰਡੇ ਚਿੱਟਾ ਲਾਉਂਦੇ ਵੀ ਆ ਵੇਚਦੇ ਵੀ ਆ ਵੀ ਉਹਦੀ ਮਦਦ ਕਰੋ ਅਸੀਂ ਗਏ ਪੰਚਾਇਤ ਨਾਲ ਲੈ ਕੇ ਗਏ ਉਹਨਾਂ ਦੇ ਦਰਵਾਜ਼ੇ ਦਾ ਜਿੰਦਾ ਖੋਲਿਆ ਤੋੜਿਆ ਅੰਦਰ ਚਲੇ ਗਏ ਅੰਦਰ ਗਏ ﺍﻟमारी ਦੇ ਉੱਲੇ ਉਹ ਲੁਕੀ ਬੈਠੀ ਸੀ ਭੈਣ ਠੀਕ ਸੀ ਉਹਨੂੰ ਕੋਈ ਹੋਇਆ ਨਹੀਂ ਸੀ ਕੁਝ ਫਿਰ ਉਹਦੇ ਮੁੰਡੇ ਆਏ ਉਹ ਸਾਨੂੰ ਗਾਲਾਂ ਕੱਢਣ ਡੰਡਾ ਚੱਕ ਕੇ ਮਾਰਨ ਪੈਣ ਹੌਲੀ ਹੌਲੀ ਉਹਨਾਂ ਨੂੰ ਸ਼ਾਂਤ ਕੀਤਾ ਲੈ ਕੇ ਆਏ ਉੱਥੇ ਸਸਤਾ ਤੇ ਲੈ ਗਏ ਉਹਨਾਂ ਨੂੰ ਉੱਥੇ ਰੀਹੈਬ ਦੇ ਵਿੱਚ ਭੇਜਿਆ ਅੱਜ ਜੋ ਵੱਡਾ ਮੁੰਡਾ ਉਹਨਾਂ ਦਾ ਜਿਹੜਾ ਵੱਡਾ ਬੇਟਾ ਭੈਣ ਦਾ ਉਹ ਯੂਐਸਏ ਚ ਲੱਗ ਗਿਆ ਉਹਦੇ ਪਾਏ ਨੇ ਛੱਡ ਲਿਆ ਛੋਟਾ ਬੇਟਾ ਤੇ ਉਹ ਮਾਤਾ ਦੋਨੋਂ ਨਸ਼ਾ ਛੱਡ ਕੇ ਮੁਕਤ ਹੋ ਕੇ ਉਸੇ ਘਰ ਚ ਰਹ ਰਹੇ ਨੇ ਮਤਲਬ ਲੀਗਲ ਵੱਲ ਨੂੰ ਕਦੇ ਗਿਆ ਨਹੀਂ ਹਾਂ ਮੌਕੇ ਤੇ ਜ਼ਰੂਰ ਕਈ ਵਾਰੀ ਇਦਾਂ ਦਾ ਹੋ ਜਾਂਦਾ ਹੈ ਲੱਗਦਾ ਤੁਸੀਂ ਵੀਡੀਓ ਵੀ ਤਾਂ ਜ਼ਿਆਦਾ ਬਣਾ ਲੈਣੇ ਕਿ ਜੇ ਕੱਲ ਨੂੰ ਕੋਈ ਦਿੱਕਤ ਹੋਵੇ ਤਾਂ ਤੁਹਾਡੇ ਕੋਲ ਪ੍ਰੂਫ ਹੋਵੇ ਪ੍ਰੂਫ ਹੋਵੇ ਹਾਂ ਚਲੋ ਮੈਂ ਹੋਰ ਸਵਾਲ ਲਵਾਂਗਾ ਮੇਰੇ ਕੋਲ ਛੋਟਾ ਜਿਹਾ ਸਵਾਲ ਹੈ ਤੁਸੀਂ 700 ਲੋਕਾਂ ਦਾ ਜ਼ਿਕਰ ਕੀਤਾ ਗੁਰਪ੍ਰੀਤ ਜੀ ਇਹ ਚੀਜ਼ ਦਾ ਸੋਕਿ ਇਹਨਾਂ 700 ਲੋਕਾਂ ਦੇ ਵਿੱਚ ਬਹੁਤੇ ਗਰੀਬ ਪਰਿਵਾਰਾਂ ਤੋਂ ਨੇ ਜਾਂ ਬਹੁਤੇ ਰੱਜੇ ਪੁਜੇ ਪਰਿਵਾਰਾਂ ਤੋਂ ਨੇ ਮਤਲਬ ਆਮ ਤੌਰ ਤੇ ਇੱਕ ਸਿਗਨਲ ਦੇ ਉੱਤੇ ਖੜੇ ਕਿਸੇ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਮਾਨਸਿਕ ਤੌਰ ਤੇ ਬਿਮਾਰ ਖੜਾ ਤਾਂ ਇਹ ਲੱਗਦਾ ਕਿ ਇਹਨਾਂ ਦੇ ਟੱਬਰ ਦੇ ਵਿੱਚ ਕੋਈ ਨਹੀਂ ਸੀਗਾ ਜਾਂ ਪਰਿਵਾਰ ਕੋਈ ਗਰੀਬੀ ਦੇਖ ਰਿਆ ਹੋਵੇਗਾ ਇਸ ਕਰਕੇ ਫੁੱਟਪਾਥ ਦੇ ਉੱਤੇ ਪਹੁੰਚ ਗਿਆ ਇਹਨਾਂ 700 ਲੋਕਾਂ ਦੇ ਵਿੱਚ ਮੈਜੋਰਟੀ ਕਿਹਨਾਂ ਦੀ ਹੈ ਰੱਜੇ ਪੁਜੇ ਆਂਦੀ ਹੈ ਜਾਂ ਫਿਰ ਤਾਂ ਲੱਗਦਾ ਕਿ ਬਹੁਤੇ ਅਜਿਹੇ ਗਰੀਬੜੇ ਆ ਜਿਹੜੇ ਨਹੀਂ ਕੁਝ ਕਰ ਸਕਦੇ ਦੇਖੋ ਜੀ ਮੈਂ ਤੁਹਾਨੂੰ ਦੱਸਾਂ ਜੀ ਇੱਕ ਗੱਲ ਜਿਹੜੇ ਗਰੀਬ ਆ ਨਾ ਉਹ ਬੰਦਾ ਫੇਰ ਵੀ ਉਹਨਾਂ 'ਚ ਦਇਆ ਹੈਗੀ ਇਹ ਹਜੇ ਇੱਕ ਦੂਜੇ ਦੀ ਬਾਹ ਫੜਦਾ ਉਹ ਜਿਹੜੇ ਅਮੀਰ ਘਰਾਂ ਦੇ ਵਿੱਚ ਚੰਗੀਆਂ ਜ਼ਮੀਨਾਂ ਵਾਲੇ ਚੰਗੀਆਂ ਨੌਕਰੀਆਂ ਵਾਲੇ ਚੰਗੇ ਚੰਗੀਆਂ ਪੋਸਟ ਵਾਲੇ ਜਿਨ੍ਹਾਂ ਦੀ 70 70 ਹਜ਼ਾਰ ਪੈਨਸ਼ਨ ਆ ਵੱਡੀਆਂ ਫਲੈਟਾਂ 'ਚ ਰਹਿੰਦੇ ਨੇ ਕੋਠੀਆਂ 'ਚ ਰਹਿੰਦੇ ਨੇ ਉਹਨਾਂ ਦੇ ਸਮਾਜ ਨਾਲੋਂ ਜਮੇ ਜਣਾ ਟੁੱਟ ਗਏ ਆ ਬਾਈ ਹੁਣ ਇੱਕ ਬੰਦਾ ਜੌਬ ਕਰਦਾ ਉਹਦੇ ਆਪਣੇ ਭੈਣਾਂ ਭਰਾਵਾਂ ਨਾਲ ਲਿੰਕ ਹੀ ਹੈ ਨਹੀਂ ਉਹਨੇ ਆਪਣੇ ਬੱਚੇ ਪਾਲੇ ਪੜਾ ਕੇ ਬਾਹਰ ਭੇਜਤੇ ਉਹ ਕੱਲਾ ਰਹਿ ਗਿਆ ਉਹਦੇ ਮਗਰੀ ਨਹੀਂ ਕੋਈ ਆ ਰਿਹਾ ਜਿਹੜਾ ਗਰੀਬ ਆ ਨਾ ਬੰਦਾ ਉਹ ਖੀਰ ਤੱਕ ਇੱਕ ਦੂਜੇ ਦੀ ਮਾਂ ਫੜਦਾ ਹਜੇ ਵੀ ਕਿਉਂਕਿ ਉਹਨੂੰ ਲੋੜ ਪੈਂਦੀ ਆ ਦੂਜੇ ਤੋਂ ਦੂਜੇ ਦੀ ਜਿਹਨੂੰ ਲੋੜ ਮਹਿਸੂਸ ਹੋਣੋਂ ਹਟ ਜਾਂਦੀ ਆ ਮਸਲਾ ਤਾਂ ਉਹਦਾ ਉਹ ਲੱਖਾਂ 'ਚ ਵੀ ਕੱਲਾ ਰਹਿ ਜਾਂਦਾ ਸਾਡੇ ਕੋਲੇ ਬਹੁਤ ਸਾਰੇ ਇਦਾਂ ਦੇ ਮੈਂਬਰ ਨੇ ਜਿਹੜੇ ਚੰਗੇ ਚੰਗੇ ਘਰਾਂ ਤੋਂ ਸੀਗੇ ਪਰ ਉਹ ਐਸੇ ਹਾਲਾਤਾਂ 'ਚ ਸੀਗੇ ਨਰਕ ਤੋਂ ਵੀ ਬੱਦਰ ਸੜਕਾਂ 'ਤੇ ਪਏ ਸੀ ਸਾਡੇ ਕੋਲੇ ਐਸੇ ਬੰਦੇ ਵੀ ਨੇ ਸਾਡੇ ਹੁਣ ਲੁਧਿਆਣੇ 'ਚ 6-700 ਬੰਦਾ ਸੜਕਾਂ 'ਤੇ ਪੁਲਾਂ ਥੱਲੇ ਗੁਰੂ ਘਰ ਮੰਦਰਾਂ ਦੇ ਬਾਹਰ ਪਿਆ ਅਸੀਂ ਉਹਨਾਂ ਨੂੰ ਨਹੀਂ ਚੱਕਦੇ ਤਾਨੂੰ ਬਹੁਤ ਸਾਰੀਆਂ ਵੀਡੀਓ ਰੋਜ਼ ਹਰ ਰੋਜ਼ ਕਰੀਬ 100 ਕੇਸ ਆਉਂਦਾ ਸਾਡੇ ਕੋਲੇ ਲੋਕ ਸਾਡੇ ਨਾਲ ਗੁੱਸਾ ਵੀ ਕਰਦੇ ਤੁਸੀਂ ਆਉਂਦੇ ਨਹੀਂ ਅਸੀਂ ਕ੍ਰਿਟੀਕਲ ਕੇਸ ਚੱਕਦੇ ਹਾਂ ਵੀ ਜਿਹੜਾ ਪਤਾ ਵੀ ਇਹਦਾ ਹੱਲ ਨਹੀਂ ਹੁਣ ਮਤਲਬ ਜਿਹੜਾ ਕੋਈ ਬਿਮਾਰ ਹੋਵੇ ਮਾਨਸਿਕ ਤੌਰ ਤੇ ਬਿਮਾਰ ਆ ਕੋਈ ਦਿੱਕਤ ਚਾ ਦਿੱਕਤ ਜਾਂ ਕੋਈ ਸੜਕ ਤੇ ਪਿਆ ਉਹਦੇ ਸੱਟ ਲੱਗ ਗਈ ਉਹਨੂੰ ਦੇਖੋ ਇੱਕ ਬੰਦਾ ਮੰਨ ਲਓ ਜੂਪੀ ਤੋਂ ਅਸਾਮ ਤੋਂ ਜਾਂ ਕਿਤੇ ਪੰਜਾਬ ਦਾ ਹੀ ਹੈ ਪਟਿਆਲੇ ਦਾ ਬੰਦਾ ਅੰਮ੍ਰਿਤਸਰ ਸਾਹਿਬ ਜਾ ਕੇ ਬਹਿ ਗਿਆ ਉੱਥੇ ਸੜਕ ਤੇ ਬੈਠਾ 20 ਸਾਲ ਹੋ ਗਏ ਉਹ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਪਾਣੀ ਛਕਦਾ ਉੱਥੇ ਰਹੀ ਜਾਂਦਾ ਸਿੱਧਾ ਵਾ ਮੈਂਟਲੀ ਉਹ ਸਿੱਧਾ ਉਹਨੇ ਧਿਆਨ ਨਹੀਂ ਦਿੱਤਾ ਪੱਟੀ ਕਰਾਈ ਨਹੀਂ ਜ਼ਖਮ ਤੇ ਮੱਖੀਆਂ ਬੈਠ ਗਈਆਂ ਕੀੜੇ ਪੈ ਕੇ ਗਲ ਗਿਆ ਹੁਣ ਉਦਾਂ ਦੇ ਬੰਦੇ ਦੀ ਸਾਨੂੰ ਕਿਸੇ ਨੇ ਫੋਟੋ ਵੀਡੀਓ ਭੇਜ ਦਿੱਤੀ ਉਦਾਂ ਦੇ ਬੰਦੇ ਨੂੰ ਚੱਕ ਕੇ ਲਿਆਉਂਦੇ ਆ ਕੋਈ ਬੰਦਾ ਬਲਾਈਂਡ ਹੋ ਗਿਆ ਹੁਣ ਅੱਜ ਤੱਕਰ 5000